ਤੁਸੀਂ ਵੇਖ ਰਹੇ ਹੋ ਚਾਂਜ ਟੈਨਰਾ ਰੀ ਨਿਊਜ਼ ਬਲਟਨ ਲੋਪੇਸ਼ ਨੇ ਕੁਝ ਖਬਰਾਂ ਬਾਲੀਵੁੱਡ ਵਰਤੋਂ ਆਦੀਪੁਰਸ਼ ਵਿੱਚ ਹਨੂਮਾਨ ਦੇ ਅਜਿਹੇ ਡਾਇਲੌگز ਜਾਣਬੁੱਝ ਕੇ ਲਿਖੇ ਗਏ ਵਿਵਾਦ ਤੇ ਲੇਖਕ ਮਨੋਜ ਮੁੰਤਸਰ ਦਾ ਬਿਆਨ ਸੁਪਰਸਟਾਰ ਪ੍ਰਭਾਸ ਅਦਾਕਾਰਾਕ੍ਰਿਤੀ ਸਨਨ ਤੇ ਸਿਆਫਲੀ ਖਾਨ ਸਟਾਰਰ ਫਿਲਮ ਆਦੀਪੁਰਸ਼ ਸ਼ੁੱਕਰਵਾਰ 16 ਜੂਨ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਈ ਹੈ ਫਿਲਮ ਨੂੰ ਦਰਸ਼ਕਾਂ ਦਾ ਮਿਲਿਆ ਜੁਲਿਆ ਹੰਗਾਰਾ ਮਿਲ ਰਿਹਾ ਹੈ ਪਰ ਇਸ ਫਿਲਮ ਦੇ ਕਿਰਦਾਰਾਂ ਦੇ ਡਾਇਲੌਗ ਪਰ ਸੰਸਥਾ ਨੂੰ ਜ਼ਿਆਦਾ ਪਸੰਦ ਨਹੀਂ ਆਏ ਜਿਸ ਕਾਰਨ ਸੋਸ਼ਲ ਮੀਡੀਆ ਤੇ ਯੂਜ਼ਰ ਨੇ ਮੇਕਰਜ਼ ਨੂੰ ਟ੍ਰੋਲ ਕੀਤਾ ਕਰਨਾ ਸ਼ੁਰੂ ਕਰ ਦਿੱਤਾ ਹੈ ਇਹ ਫਿਲਮ ਰਿਲੀਜ਼ ਹੁੰਦੇ ਹੀ ਵਿਵਾਦਾਂ ਵਿੱਚ ਘਿਰ ਗਈ ਸੀ ਆਦਿਪੁਰਸ਼ ਵਿੱਚ ਭਗਵਾਨ ਹਨੂਮਾਨ ਨੂੰ ਲੈ ਕੇ ਹੰਗਾਮਾ ਹੋਇਆ ਹੈ ਜਿਸ ਤੇ ਹੁਣ ਸੰਵਾਦ ਲੇਖਕ ਮਦੂ ਮਨੋਜ ਮੁੰਤਸਰ ਨੇ ਸਪਸ਼ਟੀਕਰਨ ਦਿੱਤਾ ਹੈ ਅਸਲ ਵਿੱਚ ਆਦਪੁਰਸ਼ ਵਿੱਚ ਹਨੂਮਾਨ ਦੇ ਡਾਇਲੌਗਸ ਤੇ ਹੋਏ ਵਿਵਾਦ ਤੇ ਪ੍ਰਤੀਕਿਰਿਆ ਦਿੰਦੇ ਹੋਏ ਮਨੋਜ ਮੁੰਤਸਰ ਨੇ ਦੱਸਿਆ ਹੈ ਕਿ ਉਹਨਾਂ ਨੇ ਅਜਿਹੇ ਡਾਇਲੌਗ ਕਿਉਂ ਲਿਖੇ ਮਨੋਜ ਮੁੰਤਸਰ ਦਾ ਕਹਿਣਾ ਹੈ ਕਿ ਜਿਸ ਸੰਵਾਦ ਨੂੰ ਲੈ ਕੇ ਰੌਲਾ ਰੱਪਾ ਹੈ ਉਸ ਨੂੰ ਜਾਣਬੁੱਝ ਕੇ ਇਸ ਤਰ੍ਹਾਂ ਲਿਖਿਆ ਗਿਆ ਹੈ ਕਿ ਅੱਜ ਦੇ ਲੋਕ ਇਸ ਨਾਲ ਜੁੜ ਸਕਣ ਨਵਾਂ ਅਧਿਆਗ ਅਗਲੀ ਖਬਰ ਵੱਲ ਮੂਸੇਵਾਲ ਕਤਲकांड ਅਦਾਲਤ ਵਿੱਚ ਕਿਸੇ ਵੀ ਮੁਲਜ਼ਮ ਨੂੰ ਨਹੀਂ ਕੀਤਾ ਗਿਆ ਪੇਸ਼ ਪ੍ਰਸ਼ਾਸਨ ਨੂੰ ਪਾਈ ਝਾੜ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਕਿਸੇ ਵੀ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਨਾ ਕੀਤੇ ਜਾਣ ਤੋਂ ਬਾਅਦ ਮਾਨਸਾ ਦੇ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਨੇ ਜੇਲ੍ਹ ਪ੍ਰਸ਼ਾਸਨ ਨੂੰ ਝਾੜ ਪਾਈ ਹੈ ਅਤੇ 28 ਜੂਨ ਨੂੰ ਸਾਰੇ ਮੁਲਜ਼ਮਾਂ ਨੂੰ ਸਰੀਰਕ ਤੌਰ ਤੇ ਜਾਂ ਵੀਡੀਓ ਕਾਨਫਰੈਂਸਿੰਗ ਰਾਹੀਂ ਪੇਸ਼ ਕਰਨ ਦੇ ਸਖਤ ਨਿਰਦੇਸ਼ ਦਿੱਤੇ ਜਿਸ ਕਾਰਨ ਹੈ ਕਿ ਮੂਸੇਵਾਲਾ ਦੀ ਪਿਛਲੇ ਸਾਲ 29 ਮਈ ਨੂੰ ਮਾਨਸਾ ਦੇ ਪਿੰਡ ਜਵਾਹਰ ਕੇ ਵਿਖੇ 6 ਹਮਲਾਵਰਾਂ ਨੇ ਗੋਲੀਆਂ ਮਾਰ ਕੇ ਹੱ ਆਂਸਾ ਦੀ ਸੀਜੇ ਐਮ ਸਰਬੀ ਪ੍ਰਾਸ਼ਰ ਨੇ ਹੁਕਮ ਜਾਰੀ ਕਰਦਿਆਂ ਕਿਹਾ ਹੈ ਕਿ ਮੌਜੂਦਾ ਕੇਸ ਵਿੱਚ ਹਿਰਾਸਤ ਵਿੱਚ ਲਏ ਸਾਰੇ ਵਿਅਕਤੀਆਂ ਨੂੰ ਜੇਲ੍ਹ ਪ੍ਰਸ਼ਾਸਨ ਵੱਲੋਂ ਪੇਸ਼ ਨਹੀਂ ਕੀਤਾ ਗਿਆ ਹੈ ਇਨ੍ਹਾਂ ਮੁਲਜ਼ਮਾਂ ਦੇ ਵਾਰੰਟਾ 28 ਜੂਨ ਨੂੰ ਮੁੜ ਜਾਰੀ ਕੀਤੇ ਜਾਣ ਅਤੇ ਜੇਲ੍ਹਾਂ ਦੇ ਸੁਪਰਡੈਂਟਾਂ ਨੂੰ ਇਨ੍ਹਾਂ ਮੁਲਜ਼ਮਾਂ ਨੂੰ ਸਰੀਰਕ ਜਾਂ ਵਰਚੁਅਲ ਮੈਡ ਰਾਹੀਂ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਜਾਣ ਬੁੱਧਵਾਰ ਨੂੰ ਪਿਛਲੀ ਸੁਣਵਾਈ ਦੌਰਾਨ ਕਿਸੇ ਵੀ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਨਾ ਕੀਤੇ ਜਾਂਦੇ ਅਦਾਲਤ ਨੇ ਜੇਲ੍ਹ ਅਧਿਕਾਰੀਆਂ ਨੂੰ ਅਗਲੀ ਸੁਣਵਾਈ ਤੇ ਦੋਸ਼ੀ ਨੂੰ ਪੇਸ਼ ਕਰਨ ਦੇ ਲਈ ਸਖਤੀ ਨਾਲ ਕਿਹਾ ਹੈ ਦੱਸਦੀ ਹੈ ਕਿ ਐਸ ਆਈ ਟੀ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਗੋਲਡੀ ਬਰਾੜ ਤੇ ਜਗੂ ਭਗਵਾਨਪੁਰੀਆ ਸਮੇਤ 33 ਮੁਲਜ਼ਮਾਂ ਵਿਰੁੱਧ 2 ਚਾਰਜ ਸ਼ੀਟਾਂ ਦਾਇਰ ਕੀਤੀਆਂ ਹਨ ਜਿਸ ਵਿੱਚ ਦਾਵਾ ਕੀਤਾ ਗਿਆ ਹੈ ਕਿ ਇਹ ਕਤਲ ਬਿਸ਼ਨੋਈ ਅਤੇ ਬੰਬੀਹਾ ਗੈਂਗਾ ਦਰਮਿਆਨ ਬਦਲੇ ਦੇ ਕਤਲ ਦੀ ਲੜੀ ਦਾ ਹਿੱਸਾ ਸੀ ਲੋਕਾਂ ਦੇ ਅਗਲੀ ਖਬਰ ਵੱਲ ਜਸਵੰਤ ਸਿੰਘ ਖਾਲੜਾ ਦੀ ਬਾਇਓਪਿਕ ਦੇ ਨਿਰਮਾਤਾਵਾਂ ਨੇ ਹਾਈ ਕੋਰਟ ਦਾ ਕੀਤਾ ਰੁਖ ਰਾਸ਼ਟਰੀ ਪੁਰਸਕਾਰ ਜੇਤੂ ਉਡੀ ਸਰਜੀਕਲ ਸਟ੍ਰਾਈਕ ਸੋਨ ਚੜੀਆ ਦਾ ਸਕਾਈ ਇਨ ਪਿੰਕ ਤੇ ਰਸ਼ਮੀ ਰਾਕਟ ਵਰਗੀਆਂ ਰਾਸ਼ਟਰੀ ਤੇ ਮਨੁੱਖੀ ਇਤਿਆਂ ਦੀਆਂ ਕਹਾਣੀਆਂ ਨੂੰ ਸਕਰੀਨ ਤੇ ਲਿਆਉਣ ਤੋਂ ਬਾਅਦ ਆਰਐਸ ਵੀਪੀ ਫਿਲਮਾਂ ਇੱਕ ਹੋਰ ਰੀਅਲ ਲਾਈਫ ਡਰਾਮਾ ਦਿਖਾਉਂਦੀ ਉਡੀ ਕਰ ਰਹੀ ਹੈ ਇਹ ਪ੍ਰਸਿੱਧ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੀ ਬਾਇਓਪਿਕ ਹੈ ਜੋ ਰੋਨੀ ਸਕਰੂ ਵਾਲਾ ਅਭਿਸ਼ੇਕ ਚਾਹਬੇ ਤੇ ਹਨੀ ਤਰੇਹਨ ਵੱਲੋਂ ਬਣਾਈ ਗਈ ਹੈ ਫਿਲਮ ਦਾ ਸੈਸ਼ਨ ਤਰ੍ਹਾਂ ਵੱਲੋਂ ਕੀਤਾ ਗਿਆ ਹੈ ਅਤੇ ਇਸ ਵਿੱਚ ਅਦਾਕਾਰ ਗਾਇਕ ਦਲਜੀਤ ਦਸਾਂਜ ਮੁੱਖ ਭੂਮਿਕਾ ਵਿੱਚ ਹਨ ਜਦਕਿ ਫਿਲਮ ਦਾ ਟਾਈਟਲ ਅਜੇ ਤੱਕ ਨਹੀਂ ਹੋਇਆ ਹੈ ਇੰਡਸਟਰੀ ਦੇ ਇੱਕ ਸੂਤਰ ਨੇ ਦੱਸਿਆ ਹੈ ਕਿ ਨਿਰਮਾਤਾ 6 ਮਹੀਨਿਆਂ ਤੋਂ ਫਿਲਮ ਦੀ ਰਿਲੀਜ਼ ਦੇ ਲਈ ਸੈਂਸਰ ਦੀ ਮਨਜ਼ੂਰੀ ਦਾ ਇੰਤਜ਼ਾਰ ਕਰ ਰਹੇ ਹਨ ਉਨ੍ਹਾਂ ਅਨੁਸਾਰ ਆਰ ਐਸ ਵੀ ਪੀ ਵੱਲੋਂ ਦਸੰਬਰ 2022 ਵਿੱਚ ਸੈਂਸਰ ਸਰਟੀਫਿਕੇਟ ਲਈ ਅਰਜ਼ੀ ਦਿੱਤੀ ਗਈ ਸੀ ਤੇ ਇਸ ਨੂੰ ਸਮੀਖਿਆ ਕਮੇਟੀ ਨੂੰ ਭੇਜਿਆ ਗਿਆ ਸੀ ਟੀਮ ਨੇ ਬੇਨਤੀ ਕੀਤੀ ਤੇ ਸਾਰੇ ਜ਼ਰੂਰੀ ਕਾਗਜ਼ੀ ਕੰਮ ਸਾਂਝੇ ਕੀਤੇ ਅਤੇ ਤਨਦੇਹੀ ਨਾਲ ਪ੍ਰਕਿਰਿਆ 'ਚੋਂ ਲੰਗੀ ਪਰ ਸੀਬੀ ਐਫਸੀ ਸੁਪਰੀਮ ਕੋਰਟ ਤੋਂ ਕੋਈ ਹੱਲ ਨਾ ਮਿਲਿਆ ਅੰਤੇ ਆਖਰਕਾਰ 14 ਜੂਨ ਨੂੰ ਬੰਬੇ ਹਾਈ ਕੋਰਟ ਦਾ ਰੁਖ ਕੀਤਾ।